घर अंदर दाखिल होकर गरीब परिवार से किया हमला। बीते दिन जिला फिरोजपुर पिंड गाको मामूली जी गल लैके कुछ लोगों वालों गरीब परिवार के घर जाके उन्होंने मारकुट की गई। इस संबंधी जानकारी दिंदिया पिंड उक वासी भर सिंह दस्या कि पिंड नरेगा का काम कर रहे सन। एक पिंड का ही व्यक्ति सुलखण सिंह जो बड़ी तेजी नाल ट्रैक्टर लंघा के लिजांदा सी। जदों उन्होंने उसनों ट्रैक्टर हौली लिजाण लई कहा तो उसने कुछ लोगों हथियारों समेत लिया के उन्होंने घर पर हमला कर दिता, जिस दौरान सुलखण सिंह कुछ अणपछाते व्यक्तियों ने घर में मौजूदा औरतों के मर्द नाल बड़ी बुरी तरह कुटमार की, जिस तों बाद परिवार वालों पुलिस को शिकायत दर्ज करवाई गई। पर कई दिन बीतने पर भी पुलिस वालों कोई कार्रवाई नहीं की गई। ਅਸੀਂ ਇਕੱਲੇ ਸੀ ਘਰੇ, ਹਾਂ ਹਾਂ ਮੰਮੀ ਸੀ ਨਾਲ ਸਾਡੀ, ਤੇ ਕੋਈ ਆ ਕੇ ਦੋ ਚਾਰ ਜਣੇ ਸੀ ਤੇ ਉਹ ਗਲ ਪੈ ਗਏ ਸਾਡੇ ਇਕੱਲੇ। ਕੀ ਤੁਹਾਡੇ ਘਰ ਦੇ ਵਿੱਚ ਹੀ ਹਮਲਾ ਕਰਤਾ? ਹਾਂਜੀ, ਘਰ 'ਚ ਹੀ ਆ ਕੇ ਹਮਲਾ। ਕੀ ਹੈਗਾ ਸੀ ਉਹਨਾਂ ਕੋਲ? ਉਹਨਾਂ ਕੋਲੋਂ ਤਿੱਖੇ ਹਥਿਆਰ ਸੀਗੇ, ਹਾਂਜੀ, ਕਿਰਪਾਨਾਂ ਸੀ ਤੇ ਇਸ ਉਸ। ਕਿਹਦੇ 'ਤੇ ਹਮਲਾ ਕੀਤਾ ਸੀ ਆਉਂਦੇ ਨਾਲ ਉਹਨਾਂ ਨੇ? ਹਾਂਜੀ, ਆਉਂਦਿਆਂ ਨਾਲ ਕਿਹਦੇ 'ਤੇ ਹਮਲਾ ਕੀਤਾ? ਮੰਮੀ ਹੁਣ 'ਤੇ। ਅੱਛਾ, ਕੀ ਮੰਮੀ ਤੁਹਾਡੇ 'ਤੇ ਸੱਟਾਂ ਸੁੱਟਾਂ ਮਾਰੀਆਂ? ਹਾਂਜੀ, ਸੱਟਾਂ ਲੱਗੀਆਂ ਉਹਨਾਂ ਦੇ। ਹੁਣ ਕੀ ਮੰਗ ਕੀ ਹੈ? ਸਾਡੀ ਇਹੋ ਮੰਗ ਆ ਕਿ ਉਹਨਾਂ ਨੂੰ ਫੜਿਆ ਜਾਵੇ ਤੇ ਸਜ਼ਾ ਮਿਲੇ। ਕੀ ਧਮਕੀਆਂ ਧਮਕੀਆਂ ਦੇ? ਹਾਂਜੀ, ਧਮਕੀਆਂ ਦਿੱਤੀਆਂ ਹੈ ਉਹਨਾਂ ਨੇ। ਤੁਹਾਨੂੰ ਹੁਣ ਵੀ ਦੇ ਰਹੇ ਨੇ? ਹਾਂਜੀ, ਹੁਣ ਵੀ ਦੇ ਰਹੇ। ਅੱਛਾ, ਹੁਣ ਪੁਲਿਸ ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ ਇਹਦਾ? ਨਹੀਂ, ਹਜੇ ਤੱਕ ਤੇ ਕੁਝ ਕੀਤਾ ਨਹੀਂ। ਫੜੇ ਨਹੀਂ ਗਏ ਬੰਦੇ? ਨਹੀਂ, ਹਜੇ ਨਹੀਂ ਫੜੇ ਗਏ ਉਹਨਾਂ। ਰਵਿੰਦਰ ਕੌਰ ਸਰ, ਹਾਂ, ਕੀ ਹੋਇਆ ਤੁਹਾਡੇ ਨਾਲ? ਜਿਹੜਾ ਕੁੱਟਮਾਰ ਹੋਈ ਕਿਸ ਤਰ੍ਹਾਂ ਹੋਈ ਹੈ? ਸਾਡੇ ਨਾਲ ਸਰ ਅਸੀਂ ਨਹਿਰ ਤੇ ਕੰਮ ਕਰਦੀਆਂ ਸੀ, ਹਾਂਜੀ, ਨਰੇਗਾ ਦਾ, ਹਾਂਜੀ ਹਾਂਜੀ, ਤੇ ਉੱਥੇ ਬਾਲਣ ਕਰਾਉਣ ਲੱਗੀ ਵੀ ਸੀ, ਹਾਂਜੀ ਹਾਂਜੀ, ਤੇ ਉੱਥੇ ਅਸੀਂ ਆਖਿਆ ਤੂੰ ਹੌਲੀ ਟਰੈਕਟਰ ਲਿਆ। ਕੌਣ ਸੀ ਟਰੈਕਟਰ ਜਿਹੜਾ ਚਲਾਉਂਦਾ ਸੀ ਉੱਥੇ? ਸਲੱਖਣ ਸਿੰਘ ਸੀ। ਅੱਛਾ ਅੱਛਾ। ਟਰੈਕਟਰ ਪੰਜਾਹ ਪੰਜਾਹ ਕੇ ਲੰਘਦਾ ਸੀ, ਬੱਚੇ ਫਿਰਦੇ ਆ, ਆਖਿਆ ਥੱਲੇ ਬੱਚੇ ਆ ਜਾਣਗੇ, ਤੂੰ ਨਾ ਹੀ ਨਾ ਲਿਆ। ਉਹਦੇ ਕਾਰਨ ਸਾਡੇ ਹੱਥ ਨੇ ਗਲ ਪੈ ਗਿਆ, ਹਾਰ ਕੇ ਕੁੱਟਾ ਕੁੱਟਿਆ। ਕਿੰਨੇ ਕੁ ਬੰਦੇ ਲਿਆਇਆ ਸੀ ਜਿਹੜਾ ਤੁਹਾਡੇ ਗਲ ਪਿਆ? ਸਾਡੇ ਇਹਨੇ ਪਤਾ ਨਹੀਂ, ਵਾਹਵਾ ਬੰਦੇ ਸੀ, 6-7 ਬੰਦੇ ਸੀ, ਗਲ ਆਣ ਕੇ ਪੈ ਗਿਆ। ਕੀ ਗੁੰਡਾਗਰਦੀ? ਗੁੰਡਾਗਰਦੀ ਕੀਤੀ? ਹਾਂ, ਗੁੰਡਾਗਰਦੀ ਕੀਤੀ ਸਰ। ਅੱਛਾ ਅੱਛਾ। ਤੇ ਮੇਰੀ ਗੁੰਡਗਾ ਦੇ ਵੀ ਕਿਰਪਾਨ ਸੀ ਹੱਥ 'ਚ, ਉਹਦੇ ਨਾਲ ਧਮਕੀਆਂ। ਕੀ ਨਾਂ ਤੁਹਾਡਾ? ਮੇਰਾ ਨਾਂ ਚੜ੍ਹਤ ਸਿੰਘ ਆ ਜੀ। ਹਾਂ, ਕੀ ਹੋਇਆ ਸੀ ਜਿਹੜਾ ਲੜਾਈ ਮੌਕੇ ਤੇ? ਲੜਾਈ ਹੋਈ ਹੈ ਜੀ, ਮੇਰੀ ਭਰਜਾਈ ਸੀ ਤੇ ਮੇਰੀ ਭਤੀਜੀ ਸੀ ਗੋਰੀਆ ਮੇਰੇ ਭਰਾ ਦੀ, ਤੇ ਲੜ ਲੜ ਕੇ ਤੇ ਜਾਣ ਲੱਗੇ, ਤੇ ਮਗਰੋਂ ਕੁਜਰਤੀ ਮੈਂ ਹੀ ਘਰੇ ਆ ਗਿਆ, ਤੇ ਮੈਨੂੰ ਗੁੱਸਾ ਜਿਹਾ ਆਇਆ ਤੇ ਜਦੋਂ ਮੈਂ ਸਾਡੀਆਂ ਬੁੜੀਆਂ ਨੂੰ ਕੁੱਟਿਆ ਇਹਨਾਂ ਨੇ, ਤੇ ਮੈਂ ਤਾਂ ਡਿੱਗਣ 'ਚ ਲੱਗਾ ਤੇ ਇਹਨਾਂ ਨੇ ਮੇਰੇ ਹੀ ਮਾਰੀਆਂ ਮੂਰੀਆਂ ਮੂੰਹ ਮਾਂ ਤੇ। ਕੀ ਸੀ ਉਹਨਾਂ ਕੋਲ ਜਿਹੜੇ ਤੁਹਾਡੇ ਮਾਰ ਕੇ ਗਏ? ਜੀ, ਕੀ ਹਥਿਆਰ ਸੀ ਜਿਹੜੇ ਉਹਨਾਂ? ਹਥਿਆਰ ਸੀ ਉਹਨਾਂ ਜੀ ਤਿੱਖੇ ਤਲਵਾਰਾਂ ਤਲਵਾਰਾਂ ਹੈਗੇ ਸੀ, ਕਿ ਕਾਚੂ ਕੁਚੂ, ਕੋਈ ਅਣਪਛਾਤੇ ਬੰਦੇ ਵੀ ਸੀ, 8-7 ਬੰਦੇ ਸੀ। ਤੁਹਾਡੇ ਘਰ ਦੇ ਵਿੱਚ ਹੀ ਕੁੱਟਮਾਰ? ਘਰ ਵਿੱਚ ਹੀ ਕੁੱਟਮਾਰ ਹੋਈ ਹੈ ਜੀ। ਕਿਹਨਾਂ ਨਾਲ ਕੁੱਟਮਾਰ ਹੋਈ ਸੀ? ਕਿਹਨਾਂ ਨਾਲ ਕੁੱਟਮਾਰ ਹੋਈ ਸੀ? ਇਹ ਪਹਿਲਾਂ ਮੇਰੀ ਭਰਜਾਈ ਨਾਲ ਮੁੜ ਕੇ ਮੇਰੇ ਨਾਲ ਵੀ ਮਾਰ ਮੂਰ ਗਏ ਕੁਛ, ਮੇਰੇ ਤਾਂ ਹਜੇ ਵੀ ਸੱਟਾਂ ਮੂੰਹ ਮਾਂ ਵੀ ਮੈਂ ਸੁੱਜਿਆ ਪਿਆ, ਮੂੰਹ ਮਾਂ ਤੇ ਵੀ ਮਾਰ ਗਏ ਮੇਰੇ ਜੀ। ਹੁਣ ਪੁਲਿਸ ਕੋਲ ਫੜੇ ਗਏ ਜਾਂ ਨਹੀਂ? ਪੁਲਿਸ ਕੋਲ ਕੁਛ ਨਹੀਂ ਪੜੇ, ਕੋਈ ਸੁਣਵਾਈ ਨਹੀਂ ਜੀ, ਨਾ ਕੋਈ ਕੈਪਟਨ ਸੁਣਵਾਈ ਕਰਦਾ ਸੀ ਬੜੂਆਂ ਦੀ, ਨਾ ਕੈਪਟਨ ਸਾਹਿਬ ਚੁੱਕੀ ਪਤਾ ਕਰ ਰਹੇ ਆ। ਇਹ ਪਤਾ ਜ਼ਰੂਰੀ ਚਾਹੀਦਾ ਸਾਨੂੰ ਤਾਂ, ਬਸ ਇਨਸਾਫ਼ ਚਾਹੀਦਾ ਜੀ। ਪੁਲਿਸ ਨਹੀਂ ਫੜ ਰਹੀ ਅਜੇ ਤੱਕ? ਪੁਲਿਸ ਨਹੀਂ ਫੜ ਰਹੀ ਜੀ। ਹੁਣ ਕੀ ਮੰਗ ਹੈ? ਸਾਡੀ ਮੰਗ ਇਨਸਾਫ਼ ਆ, ਬਸ ਉਹ ਬੰਦੇ ਥਾਣੇ ਜਾਣੇ ਚਾਹੀਦੇ, ਜੇਲ੍ਹ ਜਾਣੇ ਚਾਹੀਦੇ, ਬਸ ਇਹੀ ਆ ਜੀ। ਓਕੇ, ਭਰਤ ਸਿੰਘ ਜੀ। ਹਾਂ, ਕਿੱਥੋਂ ਦੇ ਰਹਿਣ ਵਾਲੇ ਹੋ? ਗੋਗੇ ਰਹਿਣ ਵਾਲੇ। ਹਾਂ, ਕੀ ਹੋਇਆ ਤੁਹਾਡੀ ਘਰ ਵਾਲੀ ਨਾਲ? ਮੇਰੇ ਘਰ ਵਾਲੀ ਨਾਲ ਹੀ ਕੰਮ ਤੇ ਲੱਗੇ ਹੋਏ ਸੀ ਨਰੇਗਾ ਦੇ। ਹਾਂਜੀ, ਅਸੀਂ ਉੱਥੇ ਪਾਰਕ ਬਣਾਈ ਜਾਂਦੇ ਸੀ, ਕੋਈ ਗੱਲਬਾਤ ਨਹੀਂ। ਅਸੀਂ ਤਾਂ ਇਸ ਤਰ੍ਹਾਂ ਰੋਕ ਰਹੇ ਸੀ ਉਹਨਾਂ ਨੂੰ ਵੀ ਘੱਟਾ ਉੱਡ ਰਿਹਾ ਪਾਰਕ ਦੇ ਵਿੱਚ, ਪਲਸਤਰ ਕਰ ਲਏ, ਪਲਸਤਰ 'ਤੇ ਘੱਟਾ ਪੈਂਦਾ। ਜਵਾਕ ਸੀਗੇ ਨਾਲ, ਜਵਾਕਾਂ ਬਾਰੇ ਰੋਕ ਰਹੇ ਸੀ ਅਸੀਂ, ਜਵਾਕਾਂ ਬਾਰੇ ਉਹ ਨਹੀਂ ਰੁਕੇ ਜਨਾਬ, ਅਤੇ ਮੁੜ ਕੇ ਉਹਨਾਂ ਨੂੰ ਰੋਕਿਆ ਅਤੇ ਉਹ ਝੜੰਮਾਂ 'ਚ ਚੂੜੇ ਦੱਸ ਕੇ ਗਏ ਜਨਾਬ ਘਰੇ ਆ ਕੇ। ਜਨਾਨੀਆਂ ਦੇ ਅਸੀਂ ਤਾਂ ਘਰੇ ਹੈਗੇ ਜਨਾਬ, ਅਤੇ ਮੁੜ ਕੇ ਜਨਾਨੀ ਦੇ ਮੇਰੀ ਦੇ ਘਰ ਦੀ ਤਾਂ ਗੱਲ ਪਈ ਹੈ, ਅਤੇ ਇੱਕ ਗੁੜੀਆਂ ਮੇਰੀ ਆ 19 ਸਾਲ ਦੀ, ਉਹਦੇ ਗਲ ਪਏ ਆ ਕੇ, ਉਹਦੇ ਜੁੰਡੇ ਜੰਡੇ ਪੱਟੇ ਮੇਰੇ ਘਰ ਦੀ ਵੀ ਜੁੰਡੇ ਪੱਟੇ ਆ ਕੇ ਜਨਾਬ, ਅਤੇ ਕੋਈ ਸੁਣਵਾਈ ਨਹੀਂ ਹੋ ਰਹੀ। ਕੈਪਟਨ ਸਰਕਾਰ ਕਿੱਥੇ ਆ? ਕੈਪਟਨ ਸਰਕਾਰ ਹੁਣ ਦੱਸੇ ਵੀ ਕਿੱਥੇ ਆ? ਅਸੀਂ ਕਿਰਪਾਨਾਂ ਲੈ ਕੇ ਜਨਾਬ ਇੱਥੇ ਆਏ ਆ, ਅਣਪਛਾਤੇ ਉਹਨਾਂ ਕੋਲ ਹਥਿਆਰ ਹੋਰ ਵੀ ਸੀਗੇ, ਅਤੇ ਕੋਈ ਸਾਡੀ ਗੱਲ ਨਹੀਂ ਸੁਣ ਰਹੀ, ਸਾਡੀ ਗੱਲ ਅੱਜ ਤੋਂ ਸੁਣੀ ਜਾਵੇ। ਕੀ ਤੁਹਾਡੇ ਘਰ ਦੇ ਵਿੱਚ ਗੁੰਡਾਗਰਦੀ? ਹਾਂ, ਘਰ ਦੇ ਵਿੱਚ ਗੁੰਡਾਗਰਦੀ ਕੀਤੀ ਜਨਾਬ। ਸ਼ਰੇਆਮ ਹੋਈ? ਹਾਂਜੀ, ਸ਼ਰੇਆਮ ਹੋਈ, 7 ਵਜੇ, 6:30 ਵਜੇ ਹੋਈ ਹੈ ਜੀ। ਦਿਨ ਦਿਹਾੜੇ? ਹਾਂਜੀ 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 ਹਾਂਜੀ, ਦਿਨ ਦਿਹਾੜੇ 6:30-7 ਵਜੇ ਦੇ ਗੁੰਡਾਗਰਦੀ ਹੋਈ ਆ। ਸਾਡੀਆਂ ਜਨਾਨੀਆਂ ਜੁੰਡੇ ਜੰਡੇ ਪੱਟੇ ਹੋਏ ਆ, ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਕੁੱਟਮਾਰ ਵੀ ਕੀਤੀ? ਹਾਂ, ਕੁੱਟਮਾਰ ਕੀਤੀ ਆ ਫੁੱਲ ਜਨਾਨੀਆਂ ਦੀ, ਕੁੜੀ ਦੇ ਵੀ ਮੇਰੇ ਤੇ ਲੱਫੜ ਚਪੇੜਾਂ ਵੱਜ ਗਈਆਂ ਜੀ। ਪੁਲਿਸ ਵੱਲੋਂ ਬੰਦੇ ਫੜੇ ਨਹੀਂ ਗਏ? ਹਾਂ, ਪੁਲਿਸ ਵੱਲੋਂ ਬੰਦੇ ਫੜੇ ਨਹੀਂ।